ਇਹ ਹੜਤਾਲ 3 ਦਿਨ ਤੱਕ ਰੈਗੂਲਰ ਚੱਲੀ ਹੈ। ਅੱਜ ਸ਼ਾਮ ਨੂੰ 4 ਵਜੇ ਹੜਤਾਲ ਖੁੱਲੀ ਹੈ। ਗੱਡੀਆਂ ਡਿਪੂ ਚੋਂ ਭਰਨੀ ਸ਼ੁਰੂ ਹੋ ਗਈਆਂ ਨੇ, ਸਾਰੇ ਡਿਪੂਆਂ ਚੋਂ, ਪੰਜਾਬ ਦੇ ਸਾਰੇ ਡਿਪੂਆਂ ਚੋਂ ਗੱਡੀਆਂ ਭਰਨੀ ਸ਼ੁਰੂ ਹੋ ਗਈਆਂ। ਡਰਾਈਵਰਾਂ ਨਾਲ ਸਰਕਾਰ ਦਾ ਕੀ ਸਮਝੌਤਾ ਹੋਇਆ, ਇਹ ਗੱਡੀ ਦੇ ਡਰਾਈਵਰ ਦੇ ਆਉਣ 'ਤੇ ਪਤਾ ਲੱਗੇਗਾ। ਲੋਕਾਂ ਨੂੰ ਇਸ ਚੀਜ਼ ਦੀ ਬੜੀ ਰਾਹਤ ਹੈ ਕਿ 6:30 ਵਜੇ ਤੋਂ ਲੈ ਕੇ 7 ਵਜੇ ਤੱਕ ਸਾਰੇ ਪੰਪਾਂ 'ਤੇ ਪੈਟਰੋਲ ਅਤੇ ਡੀਜ਼ਲ ਮਿਲਣਾ ਆਮ ਸ਼ੁਰੂ ਹੋ ਜਾਏਗਾ। ਹਾਂਜੀ ਸਰ, ਲੋਕਾਂ ਦੇ ਵਿੱਚ ਇੱਕ ਵੱਡਾ ਪੈਨਿਕ ਸੀ ਕਿਤੇ ਨਾ ਕਿਤੇ, ਲੋਕਾਂ 'ਚ ਘਬਰਾਹਟ ਸੀ ਵੀ ਜੇਕਰ ਪੈਟਰੋਲ ਨਾ ਮਿਲਿਆ ਜਾਂ ਡੀਜ਼ਲ ਨਾ ਮਿਲਿਆ ਕੰਮ ਕਾਰ ਰੁਕ ਜਾਣਗੇ, ਜਿਨ੍ਹਾਂ ਨੇ ਕੰਮਾਂ ਕਾਰਾਂ 'ਤੇ ਜਾਣਾ ਲੋਕ ਵੱਧ ਤੋਂ ਵੱਧ ਪਵਾ ਰਹੇ ਸੀ। ਕੀ ਸੁਨੇਹਾ ਉਹਨਾਂ ਨੂੰ? ਉਹਨਾਂ ਨੂੰ ਇਹ ਸੁਨੇਹਾ ਹੈ ਕਿ 7 ਵਜੇ ਉਹ ਪੰਪਾਂ 'ਤੇ ਜਾਣ ਅਤੇ ਹਰ ਪੰਪ 'ਤੇ ਉਹਨਾਂ ਨੂੰ ਪੈਟਰੋਲ ਡੀਜ਼ਲ ਬੜੀ ਆਸਾਨੀ ਨਾਲ ਮੁਹੱਈਆ ਹੋਏਗਾ। ਸਰ, ਗੱਡੀ ਵਾਲੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਉੱਥੇ ਫੋਨ ਜਲੰਧਰ 'ਤੇ? ਮੇਰੀ ਆਪਣੀ ਗੱਡੀ ਵਾਲੇ ਨਾਲ ਗੱਲਬਾਤ ਹੋਈ ਹੈ, ਜਿਹੜੀ ਮੇਰੀ ਆਪਣੇ ਪੰਪ ਦੀ ਗੱਡੀ ਗਈ ਹੈ ਉਹ ਆਲਰੇਡੀ ਡੀਜ਼ਲ ਪੈਟਰੋਲ ਭਰ ਕੇ ਲੈ ਕੇ ਆ ਰਹੀ ਹੈ। ਕਿੰਨੇ ਕੁ ਵਜੇ ਤੱਕ ਸਰ ਇੱਥੇ ਲੁਧਿਆਣਾ? ਉਹ ਸਾਡੇ ਕੋਲੇ 6:30 ਵਜੇ ਦੇ 7 ਵਜੇ ਦੇ ਵਿਚਕਾਰ ਇੱਥੇ ਗੋਪਾਲਾ ਪੈਟਰੋਲ ਦੇ ਪਹੁੰਚੇਗੀ ਅਤੇ ਅਸੀਂ ਸਰਵਿਸ ਉਸੇ ਸਮੇਂ ਸ਼ੁਰੂ ਕਰ ਦਿਆਂਗੇ, ਸਾਰੀ ਰਾਤ ਪੰਪ ਖੁੱਲ੍ਹਾ ਰੱਖਾਂਗੇ। ਅੱਛਾ ਸਰ, ਜਿਸ ਤਰ੍ਹਾਂ ਹੁਣ ਵੀ ਲੋਕ ਆ ਰਹੇ ਹੋਣਗੇ ਲੋਕਾਂ ਦੇ, ਉਹਨਾਂ ਨੂੰ ਕੀ ਕਹਿੰਦੇ ਹੋ? ਅਸੀਂ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ 7 ਵਜੇ ਦਾ ਟਾਈਮ ਦੇ ਰਹੇ ਹਾਂ ਵੀ ਜਿਨ੍ਹਾਂ ਨੇ ਲੈਣਾ ਹੈ ਪੈਟਰੋਲ ਡੀਜ਼ਲ ਉਹ 7 ਵਜੇ ਆਉਣ। ਇਸ ਟਾਈਮ ਸਾਡਾ ਪੰਪ ਡਰਾਈ ਹੋ ਚੁੱਕਿਆ, ਸਾਡੇ ਕੋਲ ਕੋਈ ਵੀ ਪ੍ਰੋਡਕਟ ਨਹੀਂ ਹੈਗਾ। ਹਾਂਜੀ ਲੱਗਦਾ ਸਰ 2-3 ਘੰਟੇ ਬਾਅਦ ਸਾਰੇ ਪੂਰੇ ਪੰਜਾਬ 'ਚ ਪੂਰੇ ਲੁਧਿਆਣੇ 'ਚ ਵੀ ਸਪਲਾਈ ਜਿਹੜੀ ਸ਼ੁਰੂ ਹੋ ਜਾਏਗੀ? ਤਕਰੀਬਨ 8 ਵਜੇ ਹਰ ਇੱਕ ਪੰਪ 'ਤੇ ਪੈਟਰੋਲ ਡੀਜ਼ਲ ਪਹੁੰਚ ਜਾਏਗਾ। ਜੇ ਕੁਛ ਪੰਪ ਰਹਿ ਜਾਣਗੇ ਤਾਂ ਉਹਨਾਂ 'ਤੇ ਮਾਰਨਿੰਗ ਪਹੁੰਚ ਜਾਏਗਾ, ਤਕਰੀਬਨ ਸਾਰੇ ਪੰਪਾਂ 'ਤੇ ਪਹੁੰਚ ਜਾਏਗਾ। ਮਤਲਬ ਇੱਕ ਵੱਡੀ ਰਾਹਤ ਹੈ, ਬਹੁਤ ਵੱਡੀ ਰਾਹਤ ਸਰਕਾਰ ਨੇ ਦਿੱਤੀ ਹੈ ਕਿ ਇਹ ਮਸਲਾ ਹੱਲ ਹੋ ਗਿਆ, ਨਹੀਂ ਤਾਂ ਇਹ ਬੜਾ ਗੰਭੀਰ ਮਸਲਾ ਹੋ ਸਕਦਾ ਸੀ। ਸੜਕਾਂ ਜਾਮ ਹੋ ਸਕਦੀਆਂ ਸੀ, ਪਰ ਡਰਾਈਵਰਾਂ ਦੀ ਕੀ ਸ਼ਰਤਾਂ ਮੰਨੀਆਂ ਨੇ ਇਹ ਡਰਾਈਵਰਾਂ ਦੇ ਆਉਣ 'ਤੇ ਹੀ ਸਾਨੂੰ ਪਤਾ ਲੱਗੇਗਾ। ਇਹ ਹੜਤਾਲ 3 ਦਿਨ ਤੱਕ ਰੈਗੂਲਰ ਚੱਲੀ ਹੈ। ਅੱਜ ਸ਼ਾਮ ਨੂੰ 4 ਵਜੇ ਹੜਤਾਲ ਖੁੱਲ੍ਹੀ ਹੈ। ਗੱਡੀਆਂ ਡਿਪੂ ਚੋਂ ਭਰਨੀ ਸ਼ੁਰੂ ਹੋ ਗਈਆਂ ਨੇ, ਸਾਰੇ ਡਿਪੂਆਂ 'ਚੋਂ, ਪੰਜਾਬ ਦੇ ਸਾਰੇ ਡਿਪੂਆਂ 'ਚੋਂ ਗੱਡੀਆਂ ਭਰਨੀ ਸ਼ੁਰੂ ਹੋ ਗਈਆਂ। ਡਰਾਈਵਰਾਂ ਨਾਲ ਸਰਕਾਰ ਦਾ ਕੀ ਸਮਝੌਤਾ ਹੋਇਆ, ਇਹ ਗੱਡੀ ਦੇ ਡਰਾਈਵਰ ਦੇ ਆਉਣ 'ਤੇ ਪਤਾ ਲੱਗੇਗਾ। ਲੋਕਾਂ ਨੂੰ ਇਸ ਚੀਜ਼ ਦੀ ਬੜੀ ਰਾਹਤ ਹੈ ਕਿ 6:30 ਵਜੇ ਤੋਂ ਲੈ ਕੇ 7 ਵਜੇ ਤੱਕ ਸਾਰੇ ਪੰਪਾਂ 'ਤੇ ਪੈਟਰੋਲ ਅਤੇ ਡੀਜ਼ਲ ਮਿਲਣਾ ਆਮ ਸ਼ੁਰੂ ਹੋ ਜਾਏਗਾ। ਹਾਂਜੀ ਸਰ, ਲੋਕਾਂ ਦੇ ਵਿੱਚ ਇੱਕ ਵੱਡਾ ਪੈਨਿਕ ਸੀ ਕਿਤੇ ਨਾ ਕਿਤੇ, ਲੋਕਾਂ 'ਚ ਘਬਰਾਹਟ ਸੀ ਵੀ ਜੇਕਰ ਪੈਟਰੋਲ ਨਾ ਮਿਲਿਆ ਜਾਂ ਡੀਜ਼ਲ ਨਾ ਮਿਲਿਆ ਕੰਮ ਕਾਰ ਰੁਕ ਜਾਣਗੇ, ਜਿਨ੍ਹਾਂ ਨੇ ਕੰਮਾਂ ਕਾਰਾਂ 'ਤੇ ਜਾਣਾ ਲੋਕ ਵੱਧ ਤੋਂ ਵੱਧ ਪਵਾ ਰਹੇ ਸੀ। ਕੀ ਸੁਨੇਹਾ ਉਹਨਾਂ ਨੂੰ? ਉਹਨਾਂ ਨੂੰ ਇਹ ਸੁਨੇਹਾ ਹੈ ਕਿ 7 ਵਜੇ ਉਹ ਪੰਪਾਂ 'ਤੇ ਜਾਣ ਅਤੇ ਹਰ ਪੰਪ 'ਤੇ ਉਹਨਾਂ ਨੂੰ ਪੈਟਰੋਲ ਡੀਜ਼ਲ ਬੜੀ ਆਸਾਨੀ ਨਾਲ ਮੁਹੱਈਆ ਹੋਏਗਾ। ਸਰ, ਗੱਡੀ ਵਾਲੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਉੱਥੇ ਫੋਨ ਜਲੰਧਰ 'ਤੇ? ਮੇਰੀ ਆਪਣੀ ਗੱਡੀ ਵਾਲੇ ਨਾਲ ਗੱਲਬਾਤ ਹੋਈ ਹੈ, ਜਿਹੜੀ ਮੇਰੀ ਆਪਣੇ ਪੰਪ ਦੀ ਗੱਡੀ ਗਈ ਹੈ ਉਹ ਆਲਰੇਡੀ ਡੀਜ਼ਲ ਪੈਟਰੋਲ ਭਰ ਕੇ ਲੈ ਕੇ ਆ ਰਹੀ ਹੈ। ਕਿੰਨੇ ਕੁ ਵਜੇ ਤੱਕ ਸਰ ਇੱਥੇ ਲੁਧਿਆਣਾ? ਉਹ ਸਾਡੇ ਕੋਲੇ 6:30 ਵਜੇ ਦੇ 7 ਵਜੇ ਦੇ ਵਿਚਕਾਰ ਇੱਥੇ ਗੋਪਾਲਾ ਪੈਟਰੋਲ ਦੇ ਪਹੁੰਚੇਗੀ ਅਤੇ ਅਸੀਂ ਸਰਵਿਸ ਉਸੇ ਸਮੇਂ ਸ਼ੁਰੂ ਕਰ ਦਿਆਂਗੇ, ਸਾਰੀ ਰਾਤ ਪੰਪ ਖੁੱਲ੍ਹਾ ਰੱਖਾਂਗੇ। ਅੱਛਾ ਸਰ, ਜਿਸ ਤਰ੍ਹਾਂ ਹੁਣ ਵੀ ਲੋਕ ਆ ਰਹੇ ਹੋਣਗੇ ਲੋਕਾਂ ਦੇ, ਉਹਨਾਂ ਨੂੰ ਕੀ ਕਹਿੰਦੇ ਹੋ? ਅਸੀਂ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ 7 ਵਜੇ ਦਾ ਟਾਈਮ ਦੇ ਰਹੇ ਹਾਂ ਵੀ ਜਿਨ੍ਹਾਂ ਨੇ ਲੈਣਾ ਹੈ ਪੈਟਰੋਲ ਡੀਜ਼ਲ ਉਹ 7 ਵਜੇ ਆਉਣ। ਇਸ ਟਾਈਮ ਸਾਡਾ ਪੰਪ ਡਰਾਈ ਹੋ ਚੁੱਕਿਆ, ਸਾਡੇ ਕੋਲ ਕੋਈ ਵੀ ਪ੍ਰੋਡਕਟ ਨਹੀਂ ਹੈਗਾ। ਹਾਂਜੀ, ਲੱਗਦਾ ਸਰ 2-3 ਘੰਟੇ ਬਾਅਦ ਸਾਰੇ ਪੂਰੇ ਪੰਜਾਬ 'ਚ ਪੂਰੇ ਲੁਧਿਆਣੇ 'ਚ ਵੀ ਸਪਲਾਈ ਜਿਹੜੀ ਸ਼ੁਰੂ ਹੋ ਜਾਏਗੀ? ਤਕਰੀਬਨ 8 ਵਜੇ ਹਰ ਇੱਕ ਪੰਪ 'ਤੇ ਪੈਟਰੋਲ ਡੀਜ਼ਲ ਪਹੁੰਚ ਜਾਏਗਾ। ਜੇ ਕੁਛ ਪੰਪ ਰਹਿ ਜਾਣਗੇ ਤਾਂ ਉਹਨਾਂ 'ਤੇ ਮਾਰਨਿੰਗ ਪਹੁੰਚ ਜਾਏਗਾ, ਤਕਰੀਬਨ ਸਾਰੇ ਪੰਪਾਂ 'ਤੇ ਪਹੁੰਚ ਜਾਏਗਾ। ਮਤਲਬ ਇੱਕ ਵੱਡੀ ਰਾਹਤ ਹੈ, ਬਹੁਤ ਵੱਡੀ ਰਾਹਤ ਸਰਕਾਰ ਨੇ ਦਿੱਤੀ ਹੈ ਕਿ ਇਹ ਮਸਲਾ ਹੱਲ ਹੋ ਗਿਆ, ਨਹੀਂ ਤਾਂ ਇਹ ਬੜਾ ਗੰਭੀਰ ਮਸਲਾ ਹੋ ਸਕਦਾ ਸੀ। ਸੜਕਾਂ ਜਾਮ ਹੋ ਸਕਦੀਆਂ ਸੀ, ਪਰ ਡਰਾਈਵਰਾਂ ਦੀ ਕੀ ਸ਼ਰਤਾਂ ਮੰਨੀਆਂ ਨੇ ਇਹ ਡਰਾਈਵਰਾਂ ਦੇ ਆਉਣ 'ਤੇ ਹੀ ਸਾਨੂੰ ਪਤਾ ਲੱਗੇਗਾ।